ਜੀ ਅਸਲਾਮ ਵਾਲੇਕੁਮ ਜਨਾਬ, ਬਰੀਡਰ ਤੁਹਾਨੂੰ ਦੁਕਾਨ ਲੱਗੇ ਜੀ, ਖੀਰਾ ਬਰੀਡਰ ਜੀ। ਕੀ ਕੀ ਲੜਾਈ ਪਈ ਕੱਲ੍ਹ? ਅੱਛਾ, ਲਓ ਜੀ ਇਹ ਬਰੀਡਰ ਹੈਗਾ ਜੀ। ਇਹ ਕਿੰਨੇ ਪੈਸੇ ਵੀਰ ਜੀ ਇਹਦੇ? ਅੱਸੀ ਹਜ਼ਾਰ ਰੁਪਇਆ। ਲਓ ਜੀ ਖੀਰਾ ਬਰੀਡਰ ਹੈਗਾ ਜੀ, 80,000 ਰੁਪਇਆ ਜਨਾਬ ਮੰਗਦੇ ਜੇ। ਅਤੇ ਇਹ ਮੇਰੇ ਵੀਰ ਖੜ੍ਹੇ ਹੈਗੇ ਜੇ। ਕੀ ਨਾਮ ਕੀ ਆਪਣਾ? ਅਬਦੁਲ ਬਾਸਰ। ਅੱਛਾ ਅਬਦੁਲ ਬਾਸਰ, ਇਹਦੇ ਦਰ ਦੱਸ ਉਮਰ ਦੇ ਬਾਰੇ ਦੇ ਵਿੱਚ। ਇੱਕ ਉਮਰ ਇਹਦੀ 11 ਮਹੀਨੇ ਹੈਗੀ। 11 ਮਹੀਨੇ ਹੋ ਗਏ, ਠੀਕ ਹੈ। 11 ਮਹੀਨੇ ਦਾ ਜਨਾਬ ਇਹ ਬਰੀਡਰ ਜੇ। ਕਾਹਵਾ ਪਿਆ ਇਹਨੂੰ? ਕਾਹਵਾ ਹੱਸਦਾ ਪਿਆ? ਕਾਹਵਾ ਪਿਆ ਬੱਕਰੇ ਨੂੰ? ਕੋਈ ਪੀਂਦਾ ਨਹੀਂ ਹੈ। ਲਓ ਜੀ 11 ਮਹੀਨੇ ਦੀ ਕੀਮਤ ਉਮਰ ਹੈਗੀ ਜੇ, ਅਤੇ ਇਹਦੀ ਕੀਮਤ ਵਗੈਰਾ ਵੀ ਅਸੀਂ ਤੁਹਾਨੂੰ ਦੱਸ ਦਿੰਦੇ। ਅਬਦੁਲ ਬਾਸਰ ਦੀ ਕੀ ਕੀਮਤ, ਕੀ ਪ੍ਰਾਈਜ਼ ਕਰਦੇ ਪੈਸੇ? ਪ੍ਰਾਈਜ਼ ਇਹਦੀ 80,000 ਰੁਪਇਆ ਮੰਗ ਰਹੇ ਹਾਂ, ਠੀਕ ਹੈ। ਅਤੇ ਪਿਆਰ ਮੁਹੱਬਤ ਕਰਕੇ ਕਿੱਥੇ ਕਿੱਥੇ ਕਰਾ ਜਾਏਗਾ? ਰਾਬਤਾ ਕਰਨਗੇ ਇਨਸ਼ਾਅੱਲਾ ਤਾਲਾ, ਸਸਤਾ ਦੇ ਦਿਓ। ਠੀਕ ਹੋ ਗਿਆ, ਨੰਬਰ ਦੱਸੋ ਆਪਣਾ। 0303 0408422 0408422 ਅਤੇ ਐਡਰੈਸ ਆਪਣਾ? ਅਫੀਸ ਸੈਂਟਰ ਦੀ ਬੈਕ ਸਾਈਡ 'ਤੇ। ਲਓ ਜਨਾਬ ਅਬਦੁਲ ਬਾਸਤ ਭਾਈ ਨਾਲ ਤੁਸੀਂ ਰਾਬਤਾ ਕਰ ਸਕਦੇ ਜੇ। ਬਰੀਡਰ ਮਾਸ਼ਾਅੱਲਾ ਬਹੁਤ ਅੱਛਾ ਹੈਗਾ ਜੀ। ਅਗਰ ਕੋਈ ਖਵਾਹਿਸ਼ਮੰਦ ਦੋਸਤ ਬਰੀਡਰ ਲੈਣਾ ਚਾਹੁੰਦਾ ਹੋਵੇ ਤਾਂ ਤੁਸੀਂ ਰਾਬਤਾ ਕਰ ਸਕਦੇ ਜੇ। ਮਜ਼ੀਦ ਇਨਸ਼ਾਅੱਲਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਰੀਡਰ ਤੁਹਾਨੂੰ ਦਿਖਾ ਰਹੇ ਹਾਂ। ਕਿੰਨੇ ਕਿੰਨੇ ਦੇ ਬਰੀਡਰ? ਲਓ ਜੀ ਇਹਦਾ 90,000 ਰੁਪਇਆ ਜੇ ਬਰੀਡਰ ਦਾ, ਅਤੇ ਕਿੰਨੇ ਮਹੀਨਿਆਂ ਦਾ? ਚੌਗਾ ਜੀ 90,000 ਰੁਪਇਆ। ਲਓ ਜੀ ਇਹਦਾ ਜਨਾਬ, ਇਹਦਾ 1,10,000 ਰੁਪਇਆ ਜੀ। ਕਿੰਨੇ ਮਹੀਨਿਆਂ ਦਾ ਜੀ? ਇਹ ਛਿੱਗਾ ਜੀ। ਠੀਕ ਹੈ ਠੀਕ। ਅਤੇ ਇਹਦੇ ਕਿੰਨੇ ਪੈ? 85,000 ਰੁਪਇਆ। ਅਤੇ ਇਹ ਜੀ? 55,000। ਅਤੇ ਇਸ ਬਰੀਡਰ ਦਾ? ਇਸ ਬਰੀਡਰ ਦਾ ਆਹੋ ਇਹਦਾ ਭਾਈ 1,20,000 ਮੰਗਦੇ। 1,00,000 ਨੰਬਰ ਦੱਸ ਸਾਲ ਦਾ? 0309-46-36-818 ਦੁਬਾਰਾ ਫਿਰ ਉੱਚੀ ਦਰਾ 0309-46-36-818 818। ਲਓ ਜਨਾਬ ਬਰੀਡਰ ਮਾਸ਼ਾਅੱਲਾ ਤੁਸੀਂ ਦੇਖੇ ਨੇ, ਅਤੇ ਇਹ ਸਾਰੇ ਬਰੀਡਰ ਹੈਗੇ ਨੇ ਇਹਨਾਂ ਦੇ ਕੋਲ। ਇਹ ਦੇਖੋ ਇਹ ਬਰੀਡਰ, ਅਤੇ ਮਾਸ਼ਾਅੱਲਾ ਇਹ ਅਬਦੁਲ ਬਾਸਤ ਦਾ ਵੀ ਤੁਸੀਂ ਵੇਖ ਲਵੋ ਬਰੀਡਰ, ਔਰ ਕੀਮਤ ਦਾ ਤੁਸੀਂ ਜਿਹੜਾ ਨਾ ਤਾਈਨ ਕਰ ਸਕਦੇ ਜੇ। ਇਹਦੇ 'ਚ ਪਿਆਰ ਮੁਹੱਬਤ ਜਨਾਬ ਮਜ਼ੀਦ ਹੋ ਜਾਏਗਾ। ਅਤੇ ਇਜਾਜ਼ਤ ਦਿਓ, ਇਨਸ਼ਾਅੱਲਾ ਫਿਰ ਮੁਲਾਕਾਤ ਹੋਵੇਗੀ। ਅੱਲਾ ਹਾਫਿਜ਼।